ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਹੋ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਆ ਚੁੱਕੀ ਹੈ ਹੁਣੇ-ਹੁਣੇ ਅਚਾਨਕ ਇੰਡੀਆ ਵਾਲਿਆਂ ਦੇ ਲਈ ਕੈਨੇਡਾ ਤੋਂ ਹੋ ਗਿਆ ਇਹ ਫੁਰਮਾਨ ਵੀਡੀਓ ਨੂੰ ਪੂਰੀ ਅੰਤ ਤੱਕ ਦੇਖ ਲਿਓ ਪੂਰੀ ਖਬਰ ਦਾ ਤੁਹਾਨੂੰ ਪਤਾ ਲੱਗ ਜਾਵੇਗਾ ਨਾਲ ਹੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜੀहां ਦੋਸਤੋ ਭਾਰਤ ਤੋਂ ਆਉਣ ਜਾਣ ਵਾਲਿਆਂ ਸਿੱਧੀਆਂ ਉਡਾਨਾਂ ਨੂੰ ਭਾਰਤ ਕੈਨੇਡਾ ਸਰਕਾਰ ਦੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਜਿਸ ਨੂੰ 27 ਸਤੰਬਰ ਤੋਂ ਸ਼ੁਰੂ ਕੀਤਾ ਗਿਆ ਤੇ ਹੁਣ ਇੰਡੀਆ ਵਾਲਿਆਂ ਦੇ ਲਈ ਕੈਨੇਡਾ ਤੋਂ ਇਹ ਫਰਮਾਨ ਜਾਰੀ ਹੋ ਗਿਆ ਜਿਸ ਬਾਰੇ ਤਾਜ਼ਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਜਿੱਥੇ ਕੈਨੇਡਾ ਸਰਕਾਰ ਦੇ ਵੱਲੋਂ ਭਾਰਤ ਤੋਂ ਆਉਣ ਜਾਣ ਵਾਲੀਆਂ ਸਿੱਧੀਆਂ ਉਡਾਨਾਂ ਨੂੰ 27 ਸਤੰਬਰ ਤੋਂ ਸ਼ੁਰੂ ਕੀਤਾ ਗਿਆ ਹੈ ਤੇ ਉੱਥੇ ਹੀ ਕੈਨੇਡਾ ਸਰਕਾਰ ਦੇ ਵੱਲੋਂ ਦਿੱਲੀ ਦੇ 에어ਪੋਰਟ ਤੋਂ ਫਲਾਈਟ ਲਾਈਨ ਤੋਂ ਪਹਿਲਾਂ ਜਿੱਥੇ ਇਹ 에어ਪੋਰਟ ਤੋਂ ਹੀ ਟੈਸਟ ਕਰਵਾਉਣਾ ਲਾਜ਼ਮੀ ਕੀਤਾ ਗਿਆ ਹੈ ਤੇ ਉੱਥੇ ਕੈਨੇਡਾ ਸਰਕਾਰ ਦੇ ਵੱਲੋਂ ਹੁਣ ਦਿੱਲੀ ਦੇ ਅੰਤਰਰਾਸ਼ਟਰੀ 에어ਪੋਰਟ ਦੇ ਉੱਪਰ ਮੈਟਰੋ ਸਟੇਸ਼ਨ ਦੇ ਉੱਪਰ 에어ਪੋਰਟ ਦੇ ਕਨੈਕਟ ਵੈਲਡਿੰਗ ਦੇ ਵਿੱਚ ਕਰੋਨਾ ਟੈਸਟ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਜਿੱਥੇ ਇਸ ਜੈਨੇਸ ਟ੍ਰੈਗਿੰਗਾ ਡਾਇਗਨੋਸਟਿਕ ਸੈਂਟਰ ਦੇ ਲੈਬਾਰਟਰੀ ਨੂੰ ਭਾਰਤ ਦੇ ਵਿੱਚ ਕਰੋਨਾ ਟੈਸਟ ਚੈੱਕਅਪ ਦਾ ਇੱਕੋ ਇੱਕ ਕੇਂਦਰ ਨਿਯੁਗਤ ਕੀਤਾ ਗਿਆ ਹੈ ਜੇਤੇ ਕੈਨੇਡਾ ਦੇ ਲਈ ਉਡਾਣ ਭਰਨ ਸਮੇਂ ਯਾਤਰੀਆਂ ਨੂੰ 18 ਘੰਟੇ ਪਹਿਲਾਂ ਟੈਸਟ ਕਰਵਾਉਣਾ ਹੋਵੇਗਾ ਤੇ ਜਾਂਚ ਕੇਂਦਰ ਦੇ ਵੱਲੋਂ ਯਾਤਰੀਆਂ ਨੂੰ ਉਡਾਣ ਦੇ ਲਈ ਸਵਾਰ ਹੋਣ ਤੋਂ ਪਹਿਲਾਂ ਟੈਸਟ ਦੀ ਰਿਪੋਰਟ ਤੇ ਨਾਲ ਇੱਕ QR ਕਾਰਡ ਵੀ ਮੁਹੱਈਆ ਕਰਵਾਇਆ ਜਾਵੇਗਾ